ਕਿ ਲੱਗ ਜੂਗਾ ਮੇਰੇ ਸਰੇ ਲਾਓ ਕਿ ਪ੍ਰਧਾਨ ਜੀ ਠੀਕ ਹੈ ਸਰ ਫਿਰ ਕਿਹਨੇ ਲੱਗਣਾ ਚਾਹੀਦਾ ਲਾਦੂ ਜੀ ਸੀ ਲਾ ਦਿਓ ਠੀਕ ਹੈ ਲਾ ਦਿਓ ਗੱਲਾਂ ਕਰਨ ਸਖਾਲੀਆਂ ਔਖੇ ਪਾੜਨੇ ਬੋਲ ਇਹ ਬੜਕਾਂ ਦਾ ਕੋਈ ਵੀ ਗਿੱਦੜ ਵੀ ਮਾਰ ਦਿੰਦਾ ਪਿੰਡ ਦੇ ਪਰੇ ਜਾ ਕੇ ਜਦੋਂ ਪਿੰਡ ਵੱਲ ਨੂੰ ਭੱਜਦਾ ਗਿੱਦੜ ਤੇ ਲੋਕ ਕਹਿੰਦੇ ਆਉਦੀ ਮੌਤ ਆਉਂਦੀ ਗਿੱਦੜ ਜਦੋਂ ਪਿੰਡ ਵੱਲ ਨੂੰ ਸ਼ਹਿਰ ਵੱਲ ਨੂੰ ਜਾਂਦਾ ਉਹਦੀ ਮੌਤ ਆਉਂਦੀ ਆ ਬਾਹਰ ਜਿੰਨੀਆ ਮਰਜੀ ਬੜਕਾ ਮਾਰੀ ਜਾਵੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਤੇ ਉਹਦੇ ਸਾਲੇ ਦਾ ਉਹਦੇ ਸਾਰੇ ਹਮੈਤਿਆਂ ਦਾ ਮੌਕਾ 10 ਸਾਲ ਜਿਹੜਾ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਖਤਮ ਹੋ ਚੁੱਕਿਆ ਹੁਣ ਤਾਂ ਉਹਨਾਂ ਨੂੰ ਆਪਣੇ ਸਾਥੀ ਬਚਾ ਲੈਣ ਇਹਨਾਂ ਦੀ ਗੱਡੀ ਚੋਂ ਬੰਦੇ ਉਤਰ ਰਹੇ ਨੇ ਸੰਭਾਲ ਲੈਣ ਕਿੰਨੇ ਕੁ 5 10 20 ਜਿਹੜੇ ਰਹਿੰਦੇ ਨੇ ਉਹਨਾਂ ਨੂੰ ਸੰਭਾਲ ਲੈਣ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਹਿਲਾਂ ਵੀ ਵਧੀਆ ਚੱਲ ਰਹੀ ਸੀ ਹੁਣ ਵੀ ਵਧੀਆ ਚੱਲ ਰਹੀ ਹੈ ਨਾ ਨਜਾਇਜ਼ ਕੀਤੀ ਆ ਨਾ ਨਜਾਇਜ਼ ਕਰਨੀ ਆ ਜਿਹੜਾ ਭਾਈ ਗਲਾਂਵੇਂ ਨੂੰ ਹੱਥ ਪਾਏਗਾ ਉਹਨੂੰ ਫਿਰ ਭੁਗਤਣਾ ਪਏਗਾ ਇਹ ਉਹ ਸੁੱਖੀ ਰੰਦਾਵੇ ਨੂੰ ਵੀ ਕਹਿ ਰਿਹਾ ਮੈਨੂੰ ਲੱਗਦਾ ਉਹਨਾਂ ਨੂੰ ਆਪਣੀ ਸਰਕਾਰ ਦੀ ਯਾਦ ਆ ਰਹੀ ਹੈ ਪੰਜਾਬ ਚ ਜੋ 10 ਸਾਲ ਗੈਂਗਸਟਰ ਇਹਨਾਂ ਨੇ ਪਾਲੇ ਨੇ ਔਰ ਅਸੀਂ ਗੈਂਗਸਟਰ ਨੂੰ ਫੜ ਰਹੇ ਹਾਂ ਇਹਨਾਂ ਨੇ ਪਾਲੇ ਸੀ ਅਸੀਂ ਫੜ ਰਹੇ ਹਾਂ ਔਰ ਫੜ ਕੇ ਜੇਲ੍ਹਾਂ ਚ ਭੇਜ ਰਹੇ ਆ ਅਦਾਲਤ ਚ ਭੇਜ ਰਹੇ ਆ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਨੇ ਹੋਰ ਉਹਨਾਂ ਦੇ ਸਾਥੀ ਵੀ ਫੜ ਰਹੇ ਆ ਇਹਨਾਂ ਨੂੰ ਮੈਨੂੰ ਐਂ ਲੱਗਦਾ ਕਿ ਪੁਰਾਣਾ ਆਪਣਾ ਚੇਤਾ ਯਾਦ ਆਈ ਜਾਂਦਾ ਸੁਖੀ ਰੰਧਾਵਾ ਜੀ ਬੜੀ ਦਲੇਰੀ ਨਾਲ ਕੰਮ ਕਰ ਰਹੇ ਨੇ ਜੇਲ੍ਹਾਂ ਚ ਗੇੜਾ ਮਾਰ ਕੇ ਸਾਰਾ ਚੰਗੀ ਤਰ੍ਹਾਂ ਚੈੱਕ ਕਰਦੇ ਨੇ ਇਦੋਂ ਬਾਅਦ ਸੁਖੀ ਰੰਧਾਵਾ ਕੀ ਕਰਦੇ ਜੀ ਇਹਨਾਂ ਦੇ ਖੁੱਲੇ ਆਮ ਕੀਤੇ ਹੋਏ ਜਿਹੜੇ ਮਾੜੇ ਬੰਦੇ ਸੀ ਉਹਨਾਂ ਨੂੰ ਨੱਥ ਪਾ ਰਹੇ ਆ ਇਸ ਕਰਕੇ ਆਪਣਾ ਖਿਆਲ ਰੱਖਣਾ ਆਪਣੀ ਪਾਰਟੀ ਨੂੰ ਵਾਦਾ ਸੰਭਾਲ ਲੈਣਾ ਇੱਕ ਜਾਗਦਾ ਜੁਗ ਦਾ ਸਬੂਤ ਹੈ ਜੇਲ ਨਾਬੇ ਦੇ ਵਿੱਚ 2016 ਦੇ ਵਿੱਚ ਗੈਂਗਸਟਰ ਸ਼ਰਿਆਂ ਭਜੇ ਸੀ ਬੰਦੇ ਮਾਰ ਕੇ ਭਜੇ ਸੀ ਉਦੋਂ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਵੀ ਸੀ ਡਿਪਟੀ ਸੀਐਮ ਸੀ ਕਿੱਥੇ ਗਿਆ ਸੀ ਇਹਦਾ ਜਵਾਬ ਦੇ ਦੇ